ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਬੀਆਰ ਬਲੌਗ ਤੇ ਤੇ ਅੱਜ ਮੈਂ ਜਿੱਦਾਂ ਕਿ ਹੁਣ ਸਵੇਰ ਦਾ ਟਾਈਮ ਤਾਂ ਨਹੀਂ ਹੈ 12 ਸਾਢੇ 12 ਹੋ ਚੁੱਕੇ ਹੈ ਤੇ ਆਹ ਮੈਂ ਜਿਹਦੇ 'ਚ ਵਾਰ ਵਾਰ ਜਿਹਨੂੰ ਹੱਥ ਲਾ ਰਹੀ ਹਾਂ ਮੈਂ ਦਿਖਾਉਣਾ ਚਾਹੁੰਦੀ ਹਾਂ ਕਿਉਂਕਿ ਮੈਂ ਕੀਤੀਆਂ ਮੀਡੀਆਂ ਮੇਰੇ ਵਾਲ ਹੈਗੇ ਸਿੱਧੇ ਅਤੇ ਮੈਂ ਸੋਚਿਆ ਕਿ ਥੋੜ੍ਹੇ ਥੋੜ੍ਹੇ ਕਰਲ ਕਰਕੇ ਦੇਖਾਂ ਵੀ ਮੈਨੂੰ ਕਿੱਦਾਂ ਦੇ ਲੱਗਦੇ ਚਾਚੇ ਦੇ ਕਿ ਨਹੀਂ ਐਕਸਪੀਰੀਅੰਸ ਹੈ ਅਤੇ ਦੇਖਦੇ ਹਾਂ ਇਹਦੇ ਬਣਦੇ ਵੀ ਹੈ ਕਿ ਨਹੀਂ ਕਰਲ ਔਰ ਮੈਂ ਵੀਡੀਓ ਜਿਹਾ ਬਣਾ ਲੈਂਦੀ ਕਿੱਦਾਂ ਤਾਂ ਮੈਂ ਅੱਜ ਬਣਾਈ ਹੈ ਕੜੀ ਤੁਹਾਨੂੰ ਦਿਖਾਉਂਦੀ ਹਾਂ ਫਿਰ ਤਬਦੀਲਾ ਭਰ ਕੇ ਕੜੀ ਬਣਾਈ ਹੈ ਅਤੇ ਫਿਰ ਬਾਕੀ ਜਿਹੜੀ ਵੀਡੀਓ ਹੋਏਗੀ ਉਹ ਤੁਹਾਨੂੰ ਸ਼ੇਅਰ ਕਰਾਂਗੀ ਪਰ ਇਹ ਜਦੋਂ ਮੈਂ ਖੋਲ੍ਹਾਂਗੀ ਮੀਡੀਆ ਫਿਰ ਤੁਹਾਨੂੰ ਦਿਖਾਵਾਂਗੀ ਵੀ ਇਹ ਕਿੱਦਾਂ ਦੇ ਲੱਗਦੇ ਪਏ ਬਾਲ ਕੜੀ ਬਣਾਈ ਪਤੀਲਾ ਭਰ ਕੇ ਐਂ ਵਧੀਆ ਸਾਡੀ ਇੰਡੀਅਨ ਦੀ ਖੁਰਾਕ ਜਿੱਦਾਂ ਕਿ ਕੜੀ ਸਾਰਿਆਂ ਨੂੰ ਜ਼ਿਆਦਾ ਪਸੰਦ ਆਉਂਦੀ ਹੈ ਔਰ ਪਕੌੜਿਆਂ ਲਈ ਜ਼ਿਆਦਾ ਕਰਕੇ ਖਾਸ ਕਰਕੇ ਸਾਡੇ ਤਾਂ ਜ਼ਿਆਦਾ ਕਰਕੇ ਖਾਸ ਕਰਕੇ ਪਕੌੜਿਆਂ ਲਈ ਕੜੀ ਹੀ ਪਸੰਦ ਕਰਦੇ ਆ ਪਰ ਜਲਦੀ ਜਲਦੀ 'ਚ ਇਹ ਕੜੀ ਜਲਦੀ ਬਣ ਜਾਂਦੀ ਹੈ ਕਿਉਂਕਿ ਪਕੌੜਿਆਂ ਨੂੰ ਜ਼ਿਆਦਾ ਥੋੜ੍ਹਾ ਟਾਈਮ ਵੀ ਲੱਗਦਾ ਹੈ ਅਤੇ ਆਲੂ ਵਾਲੀ ਕੜੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਇਸ ਕਰਕੇ ਅਸੀਂ ਅੱਜ ਆਲੂ ਵਾਲੀ ਕੜੀ ਖਾਵਾਂਗੇ ਤਾਂ ਫਿਰ ਤੁਹਾਨੂੰ ਦਿਖਾਵਾਂਗੇ ਕਿ ਹੋਰ ਅਸੀਂ ਕੀ ਕਰਨਾ ਹੈ ਨਾਲੇ ਮੀਡੀਆ ਬਾਰੇ ਦੇਖਾਂਗੇ ਕਿ ਬਣਦੀਆਂ ਕਿ ਨਹੀਂ ਸਹੀ ਕਰਲ ਬਣਦੇ ਕਿ ਨਹੀਂ ਇਹਦੇ ਬਹੁਤ ਐਕਸਾਈਟਡ ਹੈ ਮੀਡੀਆ ਨੂੰ ਖੋਲ੍ਹਣ ਨੂੰ ਕਿਉਂਕਿ ਮੈਂ ਦੇਖਣਾ ਚਾਹੁੰਦੀ ਹਾਂ ਵੀ ਕਰਲ ਬਣੇ ਕਿ ਨਹੀਂ ਬਣੇ ਅਤੇ ਮੈਂ ਤਾਂ ਤੁਹਾਨੂੰ ਵੀ ਨਾਲ ਨਾਲ ਦਿਖਾਉਂਦੀ ਹਾਂ ਅਤੇ ਮੈਂ ਨਾਲੇ ਤਿਆਰ ਹੋ ਗਈ ਹਾਂ ਬਾਹਰ ਜਾਣਾ ਹੈ ਅਤੇ ਕੁਛ ਸਮਾਨ ਲਿਆਉਣਾ ਸੀਗਾ ਕੁਝ ਜ਼ਰੂਰੀ ਕੰਮ ਸੀਗੇ ਉਹਦੇ ਲਈ ਜਾਵਾਂਗੇ ਬਾਹਰ ਅਤੇ ਇਸ ਕਰਕੇ ਹੁਣ ਮੈਂ ਤੁਹਾਨੂੰ ਦਿਖਾਉਂਗੀ ਕਿ ਵਾਲ ਪਹਿਲੀ ਵਾਰ ਮੈਂ ਕੀਤਾ ਇੱਦਾਂ ਪਹਿਲਾਂ ਕਦੇ ਨਹੀਂ ਕੀਤਾ ਜਦੋਂ ਕਿ ਸਿੱਧੇ ਵਾਲ ਸਟੇਜ ਵਾਲ ਹੈ ਹੁਣ ਦੇਖਦੇ ਹਾਂ ਕਿੱਦਾਂ ਕਿੱਦਾਂ ਦੀਆਂ ਨਿਕਲਦੀਆਂ ਕਰਲ ਬਣਦੇ ਕਿ ਨਹੀਂ ਉਹੀ ਗੱਲ ਵੀ ਜਿਨ੍ਹਾਂ ਦੇ ਹੈਗੇ ਸਿੱਧੇ ਵਾਲ ਉਹ ਚਾਹੁੰਦੇ ਸਾਡੇ ਕਰਲ ਹੋਣ ਅਤੇ ਜਿਨ੍ਹਾਂ ਦੇ ਕਰਲ ਹੈ ਤਾਂ ਉਹ ਕਹਿੰਦੇ ਅਸੀਂ ਸਿੱਧੇ ਕਰਨਾ ਚਾਹੁੰਦੇ ਵਾਹ ਬਣਦੇ ਵੀ ਹੈ ਹੈਗਾ 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 ਹਾਂ ਜੇ ਲੌਂਗ ਟਾਈਮ ਲਈ ਰੱਖਾਂਗੇ ਫਿਰ ਸ਼ਾਇਦ ਸ਼ਾਇਦ ਕੀ ਜ਼ਿਆਦਾ ਬਣ ਅਤੇ ਜਿੱਦਾਂ ਕਿ ਮੈਂ ਤਾਂ ਦੋ ਤਿੰਨ ਘੰਟੇ ਰੱਖਿਆ ਜੇ ਰਾਤ ਨੂੰ ਬਣਾ ਕੇ ਮੀਡੀਆ ਰੱਖਿਆ ਹੋਣਾ ਫਿਰ ਜ਼ਿਆਦਾ ਮਤਲਬ ਕਿ ਸ਼ਾਇਦ ਵਧੀਆ ਹੋ ਜਾਣਗੇ ਬਾਕੀ ਤੁਸੀਂ ਦੱਸਣਾ ਕਿ ਮੈਨੂੰ ਇਹ ਜਿੱਦਾਂ ਮੈਂ ਮੀਡੀਆ ਕਰਕੇ ਇੱਦਾਂ ਕਰਲ ਬਣਾਏ ਸੀ ਇਹ ਵਧੀਆ ਲੱਗਦੇ ਕਿ ਨਹੀਂ ਵਧੀਆ ਲੱਗਦੇ ਮੈਨੂੰ ਥੋੜਾ ਸਹੀ ਲੱਗਦਾ ਪਿਆ ਦੇਖੋ ਤੁਸੀਂ ਦੱਸਿਓ ਵੀ ਇਹ ਦੇਖੋ ਏਦਾਂ ਹੈ ਏਦਾਂ ਦੇ ਕਰਲ ਪਏ ਆ ਹਲਕੇ ਹਲਕੇ ਪਏ ਆ ਤਾਂ ਪਰ ਥੋੜਾ ਹੀ ਲੁੱਕ ਚ ਚੇਂਜ ਜੀ ਲੱਗਦੀ ਹੈ ਤਾਂ ਬਾਕੀ ਪਤਾ ਨਹੀਂ ਮੈਨੂੰ ਬੱਚਿਆਂ ਨੇ ਕਿਹਾ ਵੀ ਨਹੀਂ ਵਧੀਆ ਲੱਗੇ ਪਰ ਮੈਨੂੰ ਥੋੜੇ ਸਹੀ ਲੱਗੇ ਚਲੋ ਹੁਣ ਜੇ ਬਣਾ ਲਏ ਤੇ ਮੈਂ ਇੱਦਾਂ ਹੀ ਰਹਿਣ ਦੇਵਾਂਗੀ ਤਾਂ ਇੱਦਾਂ ਹੀ ਜਾਊਂਗੀ ਬਾਹਰ ਅਸੀਂ ਚੱਲ ਪਏ ਹਾਂ ਸ਼ੋਪਿੰਗ ਕਰਨ ਅਸੀਂ ਕਿਹਾ ਵੀ ਥੋੜ੍ਹਾ ਜਿਹਾ ਘਰ ਦਾ ਸਮਾਨ ਲੈਣ ਚੱਲੇ ਹਾਂ ਥੋੜ੍ਹਾ ਜਿਹਾ ਸ਼ੋਪਿੰਗ ਨਹੀਂ ਘਰ ਦਾ ਸਮਾਨ ਇੱਕ ਸ਼ੋਪਿੰਗ ਹੋ ਗਈ ਹੈ ਘਰ ਦੇ ਸਮਾਨ ਦੀ ਸ਼ੋਪਿੰਗ ਅਤੇ ਦੇਖਦੇ ਹਾਂ ਘਰ ਤਾਂ ਥੋੜ੍ਹੀ ਦੂਰ ਹੈ ਨਾਲੇ ਅਸੀਂ ਕਿਹਾ ਜਾਏ ਹੀ ਉੱਧਰ ਨੂੰ ਨਾਲੇ ਸੋਚਿਆ ਚੱਲ ਮਾੜੀ ਵੀਡੀਓ ਸ਼ੂਟ ਕਰ ਲੈਣੇ ਵਿੱਚ ਨਾਲੇ ਦੇਖਦੇ ਹਾਂ ਜੇ ਹੋਇਆ ਉੱਥੇ ਤਾਂ ਗੱਡੀ ਵਾਸ਼ ਕਰਾਵਾਂਗੇ ਸੰਡੇ ਹੈ ਬਸ ਫੇਸ ਮੋਟਾ ਹੋਣ ਲੱਗ ਪਿਆ ਹੁਣ ਥੋੜਾ ਜਿਹਾ ਕਰਲੀ ਕਰਨ ਨਾਲ ਚੁੱਕ ਲੂੰਗੀ ਹੋਰ ਇਹ ਜਿਹੜਾ ਕਿ ਆਪ ਧੋਣੀ ਹੋਏ ਤੇ ਇੱਦਾਂ ਪੈਸੇ ਪਾ ਕੇ ਇੱਦਾਂ ਧੋ ਸਕਦੇ ਆ ਗੱਡੀ ਨੂੰ ਸਾਬਣ ਨਾਲ ਸਾਬਣ ਵਾਲਾ ਪਾਣੀ ਮਾਰਿਆ ਸੀ ਜਿੱਦਾਂ ਤਾਂ ਹੁਣ ਤੁਸੀਂ ਮਾਰੋ ਮੈਂ ਕਿਉਂ ਕੀ ਕਰਾਂ ਕਰ ਲਓ ਤੁਸੀਂ ਕਲੀਨ ਪਹਿਲਾਂ ਉਹ ਪ੍ਰੋਪਰ ਜਿੱਦਾਂ ਸਾਬਣ ਜਿਹਾ ਮਾਰਿਆ ਉਹ ਸਫਾਈ ਕਰਨੀ ਅਤੇ ਇਸ ਤੋਂ ਬਾਅਦ ਫਿਰ ਮੁੜ ਕੇ ਸਿੰਪਲ ਪਾਣੀ ਮਾਰਨਾ ਕਹਿੰਦੇ ਉਹਦੇ ਨਾਲ ਧੋਵਾਂਗੇ ਅੰਡੇ 'ਚ ਅਤੇ ਗੱਡੀ ਹੋ ਜਾਣੀ ਇੱਕਦਮ ਚਮਕ ਚਮਕਦਾਰ ਹੁਣ ਲਾ
ਵੱਡੀ ਢੋਲ ਰਹੀ ਹੈ ਕਿੰਨੀ ਫੁਹਾਰ ਜੀ ਪੈਂਦੀ ਰਹੀ ਹੈ ਬੜੇ ਪ੍ਰੈਸ਼ਰ ਨਾਲ ਚੱਲਦਾ ਪਿਆ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਪੂਰੇ ਕਿੰਨੀ ਦੂਰ ਤੱਕ ਮਾਰ ਮਾਰਦਾ ਜਾ ਕੇ ਹਵਾ ਵੀ ਹੈਗੀ ਘਰੇ ਤਾਂ ਕਰਕੇ चमक गई चमक गड्डी करती चमक चमकदार चंगी तरह चमकाती हूँ थोड़ी जी सुकाती ना इन्होंने जिदा कपड़ा मार के ते उदे ना थोड़ी चमक भी गई है सुक भी गई है ते हूँ बस फिर चलते हैं इधर साइड ते ला ली है गड्डी इधरों मतलब कि आज जिते धोती है उतो इधर साइड नू जगह बनी है जिते खड़ के जो मर्जी कर सकते हो पूरी खोल के अंदरों बहरों इन्होंने चंगी तरह कपड़ा फेर लिया वधिया हो गया ਗਈ ਹੈ ਜੇ ਡਿਸਕਸ ਕਰਨ ਕਿ ਕਿਹੜੀ ਕਿਹੜੀ ਚੀਜ਼ ਰਹਿ ਗਈ ਹੈ ਅਜੇ ਕਲੀਨ ਹੋ ਜਾਏਗੀ ਸਾਰੀ ਚੰਗੀ ਤਰ੍ਹਾਂ ਅਸੀਂ ਇੱਥੋਂ ਤੁਰ ਪਏ ਹਾਂ ਅਤੇ ਆਪਣੇ ਘਰ ਨੂੰ ਗੱਡੀ ਗੁੱਡੀ ਧੋ ਲਈ ਹੈ ਸਮਾਨ ਵੀ ਲੈ ਲਿਆ ਰਾਸ਼ਨ ਪਾਣੀ ਜੋ ਸਮਾਨ ਗੱਡੀ ਵਾਸ਼ ਕਰ ਲਈ ਹੈ ਹਾਂਜੀ ਹਾਂਜੀ ਇਹੀ ਕਹਿ ਰਹੀ ਹਾਂ ਕਿ ਹੁਣ ਚੱਲੇ ਅਸੀਂ ਘਰ घर जाके पीने चाह पानी फिर शाम का टाइम हो चुका हूँ चाह का टाइम हो गया तो फिर चलते हैं घर देखते हैं कि करना अगे खाना दानी भी बनाना होंगे क्योंकि शाम का सोचना सोचना फिर सैर कर जाना है जरूरी मेन पॉइंट है कि हम असं वेले ही हाँ तो फिर सैर भी करा तो कि हो गए हैं मुड़ के मतलब कि कर ले घट गए उदा जिदा कुछ लाया नहीं ना पिछले कर तो बाद कुछ लाना भी चाहिए ना फिर ही रहने ही लंबे लोंग टाइम तक जिदा पर मैं ता भी नहीं लाया क्योंकि पसंद नहीं आई किसी ने पर जिदा कि मैं थोड़ा ठीक ही लगा कि थोड़ा जहा चेंज जहा लगता बंदा थोड़ा बाकी पता नहीं बच्चे कह रहे कि नहीं वधिया नहीं सोहना लगा स्टाइल असं इदा जी गड्डी ले चले हूँ घर ते असीं सोचा भी घर जाके थले ला के उन्हां दा जिहड़ा समान पानी लिया घर दा दुध दुध जो भी लिया है समान वह घर का राशन पानी ला देना उदा दूर जाना उतो जाके फिर गड्डी लावांगे असीं जाके बस इत्थे ही नाल ही इत्थे ला देना असीं हाँ इत्थे ला देना समान गड्डी असीं लाती है समान घर रखता अज इन्नी जल्दी पार्किंग मिली ना मैं तुहानू की दसा मैं तुहानू दसा ए कल ही लाने हर बारी जिदा ना कि पार्किंग कम से कम 10 या 15 मिनट ही लगते ज्यादा टाइम नहीं लगता पार्किंग कल इन्हों मैं भेजता कहते कल इन्हों कार इन्हों 40 मिनट कम से कम लगे 40 मिनट कह दे मेरा लक हों जिदा कि मैं नाल हो मैं यही सोचा जिनी बार पार्किंग लाई है 15-10 मिनट दस मिनट पार्किंग लग जाती थी हूँ एदा ना की है अज पार्किंग 10-20 मिनट लगे ते असी पार्किंग जिदा ही आए हाँ अगे गड्डी निकल लगी ही उदी जगह ते असी गड्डी ला दी क्यों नहीं सही है ते फिर हुण समान रखता हुण नाल ही मिंट मिंट ही चल पिया करन चलिए फिर घर जाके चाह पानी पीने फिर